ਕਿਉਂ ਰੋਕਿਆ ਗਿਆ ਸੀ ਇਹਨਾਂ ਨੂੰ? ਇਹ ਅਜੇ ਕਲੀਅਰ ਨਹੀਂ ਸਾਨੂੰ ਇੰਨਾ ਕਲੀਅਰ ਨਹੀਂ ਦੱਸਿਆ ਉਹਨਾਂ ਨੇ ਕਿ ਕਿਉਂ ਰੋਕਿਆ, ਤੇ ਉਹਨਾਂ ਨੇ ਕਿਹਾ ਤੁਸੀਂ ਜਾ ਨਹੀਂ ਸਕਦੇ, ਅਸੀਂ ਕਿਹਾ ਸਾਨੂੰ ਦੱਸੋ ਕਿਉਂ ਨਹੀਂ ਗਏ। ਇਮੀਗ੍ਰੇਸ਼ਨ ਵੱਲੋਂ ਹੀ ਰੋਕਿਆ ਗਿਆ ਵਾ ਜਾਂ ਫਿਰ ਪੰਜਾਬ ਪੁਲਿਸ ਵੱਲੋਂ ਵੀ ਕੋਈ? ਨਹੀਂ, ਪੰਜਾਬ ਪੁਲਿਸ ਦੇ ਵੀ ਗਏ ਉੱਥੇ ਸਟਾਫ। ਭਾਈ ਅੰਮ੍ਰਿਤਪਾਲ ਸਿੰਘ ਭਾਵੇਂ ਕਿ ਅਜੇ ਪੁਲਿਸ ਦੇ ਹੱਥ ਨਹੀਂ ਆਏ, ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਸੀਆ ਕਾਰਵਾਈ ਅਜੇ ਵੀ ਜਾਰੀ ਹੈ। ਕੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਬੀਬਾ ਕਰਨਜੀਤ ਕੌਰ, ਜੋ ਕਿ UK ਦੇ ਸਿਟੀਜ਼ਨ ਨੇ, ਉਹ ਗੁਰੂ ਰਾਮਦਾਸ ਜੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਲੰਡਨ ਜਾ ਰਹੇ ਸੀ, ਜਿਨ੍ਹਾਂ ਨੂੰ ਸਰਕਾਰ ਤੇ ਪੁਲਿਸ ਵੱਲੋਂ ਹਵਾਈ ਅੱਡੇ ਤੇ ਰੋਕਿਆ ਗਿਆ ਤੇ ਪੁੱਛ ਪੜਤਾਲ ਕੀਤੀ ਗਈ। ਇਸ ਮਾਮਲੇ ਤੇ ਭਾਵੇਂ ਕਿ ਭਾਰਤੀ ਵਿਦੇਸ਼ ਮਹਿਕਮੇ ਵੱਲੋਂ ਸਪਸ਼ਟੀਕਰਨ ਆਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਬਾਰੇ ਕੋਈ ਵੀ ਲੁੱਕਆਊਟ ਨੋਟਿਸ ਕੇਂਦਰ ਸਰਕਾਰ ਨੇ ਜਾਰੀ ਨਹੀਂ ਸੀ ਕੀਤਾ, ਤਾਂ ਸਵਾਲ ਇਹ ਹੈ ਕਿ ਫਿਰ ਉਹਨਾਂ ਨੂੰ ਸਰਕਾਰ ਵੱਲੋਂ ਹਵਾਈ ਅੱਡੇ ਤੇ ਰੋਕਿਆ ਕਿਉਂ ਗਿਆ, ਜਿਸਦਾ ਕਰਕੇ ਉਹਨਾਂ ਦੀ ਫਲਾਈਟ ਵੀ ਮਿਸ ਹੋਈ ਅਤੇ ਉਹਨਾਂ ਨੂੰ ਵਾਪਸ ਪਿੰਡ ਜੱਲੂਪੁਰ ਆਉਣਾ ਪਿਆ। ਇਸ ਮਾਮਲੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਚੋਂ ਸੁਖਚੈਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਸਾਨੂੰ ਕਲੀਅਰ ਕੁਝ ਨਹੀਂ ਦੱਸਿਆ ਉਹਨਾਂ ਨੇ, ਤੇ ਅਸੀਂ ਤੇ ਕਿਹਾ ਸਾਨੂੰ ਕੋਈ ਜਿਹੜਾ ਕੋਈ ਲੀਗਲ ਤੁਹਾਡੇ ਕੋਲ ਹੈਗਾ ਨੋਟ ਸਾਨੂੰ ਪ੍ਰੋਵਾਈਡ ਕਰੋ ਜੀ। ਜੀ ਬਿਲਕੁਲ। ਔਰ ਉਹ ਕਹਿੰਦੇ ਤੁਹਾਨੂੰ ਤੁਹਾਡੇ ਵਕੀਲ ਦੇ ਥਰੂ ਮਿਲਣਾ ਵਾ, ਠੀਕ ਹੈ, ਤੇ ਉਹ ਤੁਸੀਂ ਦਿਓਗੇ ਉਹਦੇ ਵੱਲੋਂ ਨੋਟ ਸਾਹੂ, ਫਿਰ ਅਸੀਂ ਜਵਾਬ ਦੇਵਾਂਗੇ। ਕਿਸੇ ਤਰ੍ਹਾਂ ਦੀ ਇਨਕੁਆਇਰੀ ਜਿਹੜੀ ਹੈਗੀ ਉਹਨਾਂ ਵੱਲੋਂ ਕੀਤੀ ਗਈ ਜੀ? ਉੱਥੇ ਇਹਨਾਂ ਨੂੰ ਬਿਠਾਇਆ ਸਾਈਡ ਤੇ, ਬਸ ਆਮ ਨੋਰਮਲ ਗੱਲਾਂ ਪੁੱਛੀਆਂ, ਕੋਈ ਇਦਾਂ ਜਿੱਦਾਂ ਦਾ ਬਾਹਰ ਆਇਆ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ। ਕਿੰਨੇ ਕੁ ਵਜੇ ਨਾਲ ਤੁਸੀਂ ਗਏ ਸੀਗੇ ਜੀ ਉੱਥੇ? ਅਸੀਂ ਤਕਰੀਬਨ 11:30 ਪਹੁੰਚ ਗਏ ਇੱਥੇ ਜੀ, ਤੇ ਇਹ ਸਾਨੂੰ ਕੋਈ ਘੰਟੇ ਕੁ ਬਾਅਦ ਪਤਾ ਲੱਗਾ ਕਿ ਉਹ ਬੋਰਡਿੰਗ ਪਾਸ ਵਗੈਰਾ ਨਹੀਂ ਹੋਇਆ ਜੀ। ਬੋਰਡਿੰਗ ਪਾਸ ਵੀ ਸਾਡੇ ਦੇ ਦਿੱਤਾ ਸੀਗਾ ਉਹਨਾਂ ਨੇ ਜੀ, ਫਿਰ ਇਮੀਗ੍ਰੇਸ਼ਨ ਵਾਲਿਆਂ ਨੇ ਰੋਕਿਆ। ਕਿੰਨੇ ਵਜੇ ਦੀ ਫਲਾਈਟ ਸੀ ਉਹਨਾਂ ਵਾਸਤੇ ਉਹਨਾਂ ਨੂੰ? ਹਾਂਜੀ, ਕਿਉਂ ਰੋਕਿਆ ਗਿਆ ਸੀ ਇਹਨਾਂ ਨੂੰ? ਇਹ ਅਜੇ ਕਲੀਅਰ ਨਹੀਂ ਸਾਨੂੰ ਇੰਨਾ ਕਲੀਅਰ ਨਹੀਂ ਦੱਸਿਆ ਉਹਨਾਂ ਨੇ ਕਿ ਕਿਉਂ ਰੋਕਿਆ, ਤੇ ਉਹਨਾਂ ਨੇ ਕਿਹਾ ਤੁਸੀਂ ਜਾ ਨਹੀਂ ਸਕਦੇ, ਅਸੀਂ ਕਿਹਾ ਸਾਨੂੰ ਦੱਸੋ ਕਿਉਂ ਨਹੀਂ ਗਏ। ਮੇਰਾ ਨਾਮ ਸੁਖਚੈਨ ਸਿੰਘ ਹੈ। ਤੁਸੀਂ ਇਕੱਲੇ ਗਏ ਸੀ ਨਾਲ ਜਾਂ ਕੋਈ ਹੋਰ ਵੀ ਪਰਿਵਾਰ ਦਾ ਮੈਂਬਰ ਨਾਲ ਗਿਆ ਸੀ? ਬਸ ਇੱਕ ਸਾਡੀ ਦੂਸਰੀ ਨੂੰਹ ਗਈ ਸੀ ਵੱਡੀ ਜੀ, ਤਿੰਨੇ ਮੈਂਬਰ ਗਏ। ਤਾਂ ਤੁਹਾਡੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਕੋਈ, ਕਿਸੇ ਦਾ ਸਵਾਲ ਜਿਹੜਾ ਵਾ ਤੁਹਾਡੇ ਨਾਲ ਵੀ ਕੀਤਾ ਗਿਆ? ਨਹੀਂ, ਸਾਨੂੰ ਕੁਝ ਨਹੀਂ ਕਿਹਾ ਉਹਨਾਂ ਨੇ। ਕੋਈ ਨਾ ਡਾਕੂਮੈਂਟਸ ਆਪਣੇ ਕਬਜ਼ੇ 'ਚ ਲਿਆ ਕੋਈ ਤੁਹਾਡਾ ਕੋਈ? ਨਹੀਂ ਨਹੀਂ, ਡਾਕੂਮੈਂਟ ਕੋਈ ਨਹੀਂ ਸਾਡਾ, ਸਾਰਾ ਸਮਾਨ ਸਾਨੂੰ ਦੇ ਦਿੱਤਾ। ਕੋਈ ਸ਼ਰਤ ਰੱਖੀ ਉਹਨਾਂ ਨੇ ਕੋਈ ਗਾਂਹ ਵਿਖੇ ਜਾਣ ਵਾਸਤੇ ਕੋਈ? ਨਹੀਂ, ਅਸੀਂ ਸ਼ਰਤ ਉਹਨਾਂ ਨੂੰ ਸਗੋਂ ਕਿਹਾ ਸਾਨੂੰ ਦੱਸੋ ਕੋਈ ਗੱਲ ਆ ਵੀ ਕਿਉਂ ਸਾਨੂੰ, ਜੇ ਪਹਿਲਾਂ ਪਤਾ ਹੁੰਦਾ ਅਸੀਂ ਨਾ ਅਜੇ ਕਰਦੇ ਕੋਈ। ਠੀਕ ਹੈ ਜੀ, ਜੇ ਹਵਾਲਾ ਹੈਗਾ ਉਹ ਦਿੱਤਾ ਜਾ ਰਿਹਾ ਸੀਗਾ ਕੋਈ ਕਾਰਵਾਈ ਕੋਈ ਕੇਸ ਨਹੀਂ ਹੈਗਾ, ਤਾਂ ਫਿਰ ਜਾਣ ਤੋਂ ਮਨਾਹੀ ਕਰਨ ਦਾ ਕੋਈ ਕਾਰਨ? ਉਹ ਹੁਣ ਕਹਿੰਦੇ ਤੁਹਾਡੇ ਵਕੀਲ ਦੇ ਥਰੂ ਤੁਹਾਨੂੰ ਦੱਸਾਂਗੇ, ਸਾਨੂੰ ਅਜੇ ਇੱਦਾਂ ਨਹੀਂ ਕੋਈ ਦੱਸਿਆ। ਕੁਛ ਨਹੀਂ ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਉੱਪਰ ਜਿਹੜੀ LOC ਲਗਾਈ ਗਈ ਉਸ ਦੇ ਕਾਰਨ ਜਿਹੜਾ ਵਾ ਉਹ ਨਹੀਂ ਜਾਣ ਦਿੱਤਾ ਗਿਆ। ਉਹ ਹੁਣ ਜਿੰਨਾ ਚਿਰ ਸਾਨੂੰ ਨੋਟਿਸ ਮਿਲ ਜਾਏਗਾ ਕੋਈ ਨਾ ਕੋਈ ਵਕੀਲ ਦੇ ਥਰੂ ਮਿਲੇਗਾ, ਫਿਰ ਆਪਾਂ ਦੱਸ ਦਿਆਂਗੇ ਤੁਹਾਨੂੰ ਕੀ ਕਹਿੰਦੇ ਆ ਕਿ ਉਹਦੀ ਵਜ੍ਹਾ ਕਰਕੇ ਜਾਂ ਹੋਰ ਗੱਲ। ਪਰ ਭਾਈ ਸਾਹਿਬ ਦੀ ਪਤਨੀ ਨੇ ਜਿਹੜਾ ਵਾ ਅਜੇ ਤੱਕ ਜਿਹੜਾ ਵੀਜ਼ਾ ਖਤਮ ਹੋ ਗਿਆ ਜਾਂ ਵੀਜ਼ਾ ਅਜੇ? ਨਹੀਂ, ਵੀਜ਼ਾ ਤੇ ਅਜੇ ਰਹਿੰਦਾ ਮਹੀਨਾ ਕਾ। ਇਹਨਾਂ ਲੰਡਨ ਜਾਣਾ ਸੀਗਾ ਜੀ? ਹਾਂਜੀ, ਲੰਡਨ ਜਾਣਾ ਸੀ। ਅਚਾਨਕ ਕਿੰਨੇ ਵਜੇ ਵਾਪਸੀ ਹੈਗੀ? ਅਚਾਨਕ ਜਿਹੜਾ ਜਾਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਗਈ, ਕੀ ਕਾਰਨ ਜੀ ਅਚਾਨਕ ਜਾਣ ਦੀ ਜਿਹੜੀ ਤਿਆਰੀ ਕੀਤੀ? ਨਹੀਂ, ਵੈਸੇ ਅਸੀਂ ਆਪ ਹੀ ਪਰਿਵਾਰ ਦੇ ਕੋਈ ਸਲਾਹ ਕਰਦੇ, ਜਿੱਦਾਂ ਹੁਣ ਸਾਡੇ ਤੇ ਉਹਦੇ ਕੋਈ ਰਿਸ਼ਤੇਦਾਰ ਵੀ ਨਹੀਂ ਇੱਥੇ ਹੈਗਾ, ਅਸੀਂ ਸੋਚਦੇ ਕਿ ਚਲੋ ਅਜੇ ਹੈਗਾ ਹੀ ਜਾਣਾ, ਤੇ ਉਹਨੇ ਕਿਹੜਾ ਕੋਈ ਪੱਕਾ ਅਜੇ ਕੋਈ ਮਨਾ ਕੀਤਾ ਵੀ ਮੈਂ ਜਾਣਾ ਨਹੀਂ ਆ, ਜਾਂ ਉੱਧਰੋਂ ਕਿਸੇ ਵੱਲੋਂ ਵੀ ਪਾਬੰਦੀ ਤਾਂ ਨਹੀਂ ਕੋਈ, ਪਰ ਅਸੀਂ ਕਹਿੰਦੇ ਚੱਲ ਜਾ ਆਊਗੀ ਘੁੰਮ ਆਊਗੀ, ਉੱਥੇ ਕਿਹੜਾ ਕੋਈ ਪੱਕੇ? ਕਿੰਨੇ ਵਜੇ ਰਵਾਨਾ ਹੈ ਸ਼ੁਰੂ ਤਕਰੀਬਨ ਇੱਥੋਂ? ਕਿੰਨੇ ਮਹੀਨਾ ਗਏ ਤੁਸੀਂ ਅਜੇ? ਅਸੀਂ ਜਿੱਦਾਂ 3 ਘੰਟੇ ਤੋਂ ਪਹਿਲਾਂ ਉੱਥੇ ਜਾਣਾ ਪੈਂਦਾ, ਉਸ ਹਿਸਾਬ ਦੇ ਨਾਲ ਅਸੀਂ ਗਏ ਸੀ। ਕਿੰਨੇ ਵਜੇ ਦੀ ਫਲਾਈਟ ਸੀ ਅੱਜ ਇੱਥੇ ਵੈਸੇ ਨਿਰਧਾਰਤ ਸਮੇਂ ਅਨੁਸਾਰ? ਉਹ 2:30 ਵਜੇ ਦੀ ਸੀ। 2:30 ਵਜੇ ਸੀ, ਲੇਕਿਨ ਤੁਹਾਨੂੰ ਕਦੋਂ ਉਹਨਾਂ ਨੇ ਰੋਕਿਆ ਫਿਰ? ਨਹੀਂ, ਸਾਹੀਂ ਤਾਂ ਬਾਹਰ ਹੀ ਸਾਨੂੰ ਤਾਂ ਹੁਣ ਬਾਅਦ 'ਚ ਹੀ ਪਤਾ ਲੱਗਾ ਮੀਡੀਆ ਦੇ ਥਰੂ ਵੀ ਇੱਦਾਂ ਕਰਕੇ ਡਿਟੇਨ ਕੀਤਾ ਹੈਗਾ। ਹੋਰ ਕੋਈ ਟਾਰਚਰ ਕੀਤਾ ਗਿਆ ਕਿਸੇ ਢੰਗ ਨਾਲ? ਨਹੀਂ ਨਹੀਂ, ਕੋਈ ਗੱਲਬਾਤ ਨਹੀਂ ਕੀਤੀ ਗਈ ਕੋਈ? ਨਹੀਂ ਨਹੀਂ, ਬਸ ਇਹੀ ਹੁੰਦਾ ਜਦੋਂ ਹੁਣ ਦੇਖੋ ਕੋਈ ਤਿਆਰੀ ਕਰਕੇ ਜਾ ਰਿਹਾ ਤੇ ਉਹਨੂੰ ਰੋਕਣਾ ਤੇ ਫਿਰ ਹੈ ਹੀ ਆ। ਹੋਰ ਤੇ ਇਮੀਗ੍ਰੇਸ਼ਨ ਵੱਲੋਂ ਹੀ ਰੋਕਿਆ ਗਿਆ ਵਾ ਜਾਂ ਫਿਰ ਪੰਜਾਬ ਪੁਲਿਸ ਵੱਲੋਂ ਵੀ ਕੋਈ? ਨਹੀਂ, ਪੰਜਾਬ ਪੁਲਿਸ ਦੇ ਵੀ ਗਏ ਉੱਥੇ ਸਟਾਫ। ਠੀਕ ਹੈ, ਪਰਿਵਾਰਕ ਤੌਰ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਨੂੰ? ਇਹ ਦੇਖੋ ਹੈ ਤੇ ਮਾੜੀ ਗੱਲ ਆ, ਜੇ ਹੁਣ ਸਾਨੂੰ ਕੋਈ ਪਹਿਲਾਂ ਪਤਾ ਹੁੰਦਾ ਵੀ ਇੱਦਾਂ ਦੀ ਕੋਈ ਗੱਲ ਤਾਂ ਅਸੀਂ ਨਾ ਕੋਈ ਜਾਂਦੇ ਹੋ ਨਾ। ਚਲੋ ਹੁਣ ਦੇਖੋ ਅਸੀਂ ਆਪਣੇ ਯਤਨ ਕਰਾਂਗੇ ਵੀ ਕਦੀ ਵਜ੍ਹਾ ਕਰਕੇ ਉਹ, ਜੇ ਸਾਨੂੰ ਕੋਈ ਨੋਟਸ ਵਗੈਰਾ ਪਤਾ ਲੱਗ ਜੂਗਾ ਫਿਰ ਉਹਦੇ ਹਿਸਾਬ ਨਾਲ ਅੱਗੇ ਚੱਲ। ਪਰ ਉਹਨੇ ਵੀ ਗੱਲ ਆਖੀ ਹੈ ਕਿ ਜਿੰਨਾ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹਨਾਂ ਚਿਰ ਤੱਕ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਬਾਹਰ ਨਹੀਂ ਜਾ ਸਕਦਾ, ਕੋਈ ਉਹਦੀ ਸ਼ਰਤ ਵੀ ਰੱਖੀ ਗਈ ਹੈ? ਨਹੀਂ, ਇੱਦਾਂ ਦੀ ਸਾਨੂੰ ਕੋਈ ਦੱਸਿਆ ਨਹੀਂ, ਅਜੇ ਹੋਏਗੀ ਤੁਹਾਨੂੰ ਦੱਸ ਦਾਂਗੇ, ਅਜੇ ਕੋਈ ਗੱਲਬਾਤ ਨਹੀਂ। ਕੋਈ ਹੁਣ ਆਉਂਦਿਆਂ ਕੋਈ ਗੱਲਬਾਤ ਹੁੰਦੀ ਹੈ ਕਿ ਫਰਦਰ ਕੋਈ ਵਕੀਲ ਨਾਲ ਗੱਲ ਹੋਈ ਹੋਵੇ? ਨਹੀਂ, ਅਜੇ ਕੋਈ ਗੱਲ ਨਹੀਂ ਹੋਈ, ਅਸੀਂ ਤਾਂ ਪਹਿਲਾਂ ਘਰਦਿਆਂ ਨੂੰ ਮਿਲਣਾ ਜ਼ਰੂਰੀ ਸਮਝਦੇ ਸੀਗੇ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਵੇਗਾ ਵੀ ਕੀ ਗੱਲਬਾਤ, ਸਾਨੂੰ ਕਿਸੇ ਨੇ ਕੁਝ ਨਹੀਂ ਬੜੇ
ठीक है, ठीक है, धन्यवाद।